मित्तल साहब की हाल जे ओ सब ठीक ठाक हैं ओ मैं ता ठीक हां तू की हाल दंद जे कड्डी जाना ओ गल नहीं बात नहीं ओ मित्तल साहब भाई मैं ते तुहानू मिलके खुश हो रिया तुसी ते एवें बस ओ या की बड़ा मूल मकाया जे ओ यार पुछना मैं कल ही अमृतसरों आया ते इहदे विच दुखी होण वाली केड़ी गल आ इह ते बड़ी खुशी दी गल आ ओ पतंदरा ए वी पुछना किहदे कोलों आया मैं क्या किहदे कोलों आए हो ओ अपनी सस कोलों आया अच्छा फिर इदा कहो ना कि सस दा प्यार लैके आए हो हैं पर सेवा पानी दा खूब कीता उहने हैं सेवा पानी दी सुन लै हां हल्ले घरे जाके बैठा ही सी अच्छा लग पी मक्खन लाउण अच्छा पता है ना जवाई कनेडा तो आया चार पैसे लैके आया होना ये ते भी गल होदी सही है फिर की कहंदी ਕਹਿੰਦੀ ਪੁੱਤ ਤੇਰੇ ਵਰਗੇ ਜਵਾਈ ਤਾਂ ਪੁੱਤਾਂ ਨਾਲੋਂ ਪਿਆਰੇ ਚੰਨ ਅੱਖੀਆਂ ਦੇ ਤਾਰੇ ਮੈਂ ਸਦਕੇ ਜਾਵਾਂ ਮੈਂ ਵਾਰੀ ਜਾਵਾਂ ਅੱਛਾ ਇਹ ਉਹ ਕਹਿੰਦੀ ਫਿਰ ਤੂੰ ਕੀ ਕਿਹਾ ਮੈਂ ਭੁਲੇਖੇ ਨਾਲ ਕਹਿ ਬੈਠਾ ਮੈਂ ਕਿਹਾ ਮੰਮੀ ਜੀ ਇਹ ਤਾਂ ਦਿਲ ਮਿਲਿਆਂ ਦੇ ਮੇਲੇ ਨੇ ਪੈਸੇ ਦਾ ਕੀ ਕਰਨਾ ਪੈਸਾ ਤਾਂ ਹੱਥਾਂ ਦੀ ਮੈਲ ਆ ਇਹਦੀ ਗੱਲ ਇਹ ਤੂੰ ਕਿਹਾ ਫਿਰ ਉਹ ਕੀ ਕਹਿੰਦੀ ਉਹਨੇ ਕੀ ਕਹਿਣਾ ਸੀਗਾ ਮੂੰਹ ਜਿਹਾ ਲਮਕਾ ਕੇ ਬਹਿ ਗਈ ਪਰਲੀ ਮੰਜੀ ਤੇ ਕਿਉਂ ਪੈਸਾ ਨਹੀਂ ਨਾ ਮਿਲਿਆ ਅੱਛਾ 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 ਫਿਰ ਫਿਰ ਕੀ ਅਚਾਰ ਨਾਲ ਰੋਟੀ ਲਿਆ ਕੇ ਰੱਖਤੀ ਅੱਗੇ ਆਹ ਸੇਵਾ ਪਾਣੀ ਕੀਤਾ ਸੇਵਾ ਪਾਣੀ ਕੀਤਾ ਹੈ ਪਰ ਤੂੰ ਅੱਗੋਂ ਕੁਝ ਨਹੀਂ ਕਿਹਾ ਮੈਂ ਤਾਂ ਹੋ ਗਿਆ ਅੱਗ ਬਬੂਲਾ ਹਾਂ ਉਹ ਮੈਂ ਕਿਹਾ ਮੇਰੀ ਇਹ ਸੱਸੇ ਹਾਂ ਮੈਂ ਕਿਹਾ ਤੇਰਾ ਜਵਾਈ ਕਨੇਡਾ ਤੋਂ ਆਇਆ ਤੇ ਹੋਰ ਓਏ ਆਹ ਸੇਵਾ ਪਾਣੀ ਕਰ ਦਿਓ ਅਚਾਰ ਨਾਲ ਰੋਟੀ ਖਵਾਏਗੀ ਮੈਨੂੰ ਜੁੱਤੀਆਂ ਮਾਰ ਦਿੰਦੇ ਅੱਛਾ ਨਹੀਂ ਨਹੀਂ ਤੁਹਾਡੀ ਗੱਲ ਨਹੀਂ ਕਰਿਆ ਮਿੱਤਰ ਸਾਹਿਬ ਮੈਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਅੱਛਾ ਫਿਰ ਕੀ ਕਹਿੰਦੀ ਪੁੱਤ ਖਾ ਲੈ ਸੇਵਾ ਸੂਵਾ ਦਾ ਕੀ ਆ ਇਹ ਤਾਂ ਦਿਲ ਮਿਲਿਆਂ ਦੇ ਮੇਲੇ ਆ ਅੱਛਾ ਅੱਛਾ मेरे हाल देख के लगता सब कुछ ठीक ठाक होना क्यों की गल हुई हां घर दे सारे आराम करनी फिर तो सुना मैं तुम्हें लगता घरों लड़के आया है ਜਦੇ ਵੀ ਬੜਾ ਦੁਖੀ ਤੇਰੇ ਵਾਂਗ ਭਾਬੀ ਨਾਲ ਲੜ ਕੇ ਆਇਆ ਨਾ ਹੋਰ ਭਾਬੀ ਨਾਲ ਪੜ ਕੇ ਆਉਣਾ ਸੀ ਓਹੋ ਹੋ ਬਈ ਹਸਬੰਡ ਵਾਈਫ ਜੋ ਹੁੰਦੇ ਨਾ ਉਹ ਗ੍ਰਸਤੀ ਜੀਵਨ ਦੇ ਦੋ ਪਹੀਆਂ ਵਾਂਗ ਹੁੰਦੇ ਆ ਮੈਨੂੰ ਵੀ ਇਹੀ ਸਮਝਾਇਆ ਸੀ ਇਹਨੂੰ ਵੀ ਇਹੀ ਸਮਝਾਇਆ ਸੀ ਲੜਨਾ ਨਹੀਂ ਚਾਹੀਦਾ ਉਹ ਭਾਜੀ ਹੁਣ ਤੁਸੀਂ ਤਾਂ ਸਿਆਣੇ ਲੱਗਦੇ ਹੋ ਉਹ ਤੁਸੀਂ ਦੱਸੋ ਉਹ ਐਸੇ ਪਹੀਏ ਦਾ ਕੀ ਕਰਨਾ ਜਿਹੜਾ ਇੱਕ ਟਰੈਕਟਰ ਦਾ ਹੋਏ ਤੇ ਦੂਜਾ ਸਾਈਕਲ ਦਾ ਹੋਏ ਉਹ ਭਾਜੀ ਲੱਗਦੇ ਸਿਆਣੇ ਪਰ ਹੈ ਨਹੀਂ ਸਿਆਣੇ ਅੱਛਾ ਉਹ ਤੁਸੀਂ ਵੀ ਆਪਣੀ ਟੀਮ ਦੇ ਹੀ ਲੱਗਦੇ ਹੋ ਭਾਜੀ ਅਸੀਂ ਤਾਂ ਕੀ ਆਈ ਮਿਸ਼ਨ ਤੇ ਆ ਤੁਸੀਂ ਖਾਇਆ ਪੀਆ ਕਰੋ ਫੇਰ ਤੁਹਾਨੂੰ ਲੱਗੂਗਾ ਥੋੜਾ ਬਹੁਤਾ ਉਹ ਭਾਜੀ ਬਥੇਰਾ ਖਾਈਦਾ ਹਾਂ ਪਰ ਲੱਗਦਾ ਜਾਂ ਨਹੀਂ ਪਤਾ ਨਹੀਂ ਕੀ ਗੱਲ ਆ ਇਹ ਫਾਈਬਰ ਨਹੀਂ ਜਾ ਲੈਂਦੇ ਸੀ ਪਤਾ ਨਹੀਂ ਯਾਰ ਫਾਈਬਰ ਹੈ ਕਿ ਪੋਟਾਸ਼ੀਅਮ ਨਾਈਟ੍ਰੇਟ ਹੈ ਉਹਦੇ ਵਿੱਚ ਤਾਂ ਲੱਗਦਾ ਭਾਜੀ ਆਪਾਂ ਨਾ ਅਸੀਂ ਟੀਮ ਬਣਾ ਰਹੇ ਆ ਪੰਜ ਜਣਿਆਂ ਦੀ ਪੂਰੀ ਅਸੀਂ ਬਾਸਕਟਬਾਲ ਖੇਡਣਾ ਹੈ ਸਾਨੂੰ ਲੱਭ ਲਈਏ ਤਿੰਨ ਤਾਂ ਪੂਰੇ ਹੋ ਗਏ ਅਸੀਂ ਤੇ ਦੋ ਜਣੇ ਹੋਰ ਚਾਹੀਦੇ ਆ ਕੋਈ ਨਾ ਹੁਣ ਫੋਨ ਕੀਤਾ ਵੀਰਾ ਜੀ ਵੀ ਆਉਂਦੇ ਹੋਣਗੇ ਚਲੋ ਚੱਲੀਏ ਚਲੋ ਠੀਕ ਹੈ ਜੀ ਗਰਮੀ ਤਾਂ ਬਹੁਤ